ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਪਹਿਲਾਂ ਚੋਣਵੀਆਂ ਖਬਰਾਂ। ਛੋਟੇ ਸਾਹਿਬਜ਼ਾਦਿਆਂ ਦੀ ਵੱਡੀ ਸ਼ਹਾਦਤ ਨੂੰ ਅਮਰਿੰਦਰ ਸਿੰਘ ਵੱਲੋਂ ਸਿਜਦਾ। ਪਟਿਆਲਾ ਤੋਂ ਪਨਿਆਲੀ ਤੱਕ ਕੌਮੀ ਮਾਰਗ ਦਾ ਨਾਂ ਮਾਤਾ ਗੁਜਰੀ ਮਾਰਗ ਰੱਖਣ ਦਾ ਪ੍ਰਸਤਾਵ NHI ਨੂੰ ਭੇਜਿਆ। ਜਥੇਦਾਰ ਵੱਲੋਂ ਸਵੇਰੇ 10 ਵਜੇ ਮੂਲ ਮੰਤਰ ਦਾ ਜਾਪ ਕਰਨ ਦੀ ਅਪੀਲ। ਸ਼ਹੀਦੀ ਸਭਾ ਲੱਖਾਂ ਸ਼ਰਧਾਲੂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ। ਪਟਨਾ ਸਾਹਿਬ ਵਿਖੇ ਦੇਰ ਰਾਤ ਮਨਾਇਆ ਦਸਮ ਪਿਤਾ ਦਾ ਪ੍ਰਕਾਸ਼ ਪੁਰਬ। ਅਖੰਡ ਪਾਠ ਦੇ ਭੋਗ ਪਾਏ, ਨਤੀਸ਼ ਕੁਮਾਰ ਦਾ ਸੇਵਾ ਰਤਨ ਅਵਾਰਡ ਨਾਲ ਸਨਮਾਨ। ਪੰਚਾਇਤੀ ਚੋਣਾਂ ਸੰਬੰਧੀ ਹਰਕਤ ਵਿੱਚ ਆਇਆ ਵਿਭਾਗ। 31 ਜਨਵਰੀ ਤੱਕ ਵਾਰਡਬੰਦੀ ਮੁਕੰਮਲ ਕਰਨ ਦੀਆਂ ਹਦਾਇਤਾਂ। ਅਦਾਲਤ ਨੇ ਤਿਲਜੀਤ ਜਿੰਮੀ ਨੂੰ ਜੇਲ੍ਹ ਭੇਜਿਆ। ਜੱਗੀ ਜੌਹਲ ਸ਼ੇਰਾ ਤੇ ਕੈਨੇਡੀਅਨ ਦਾ 3 ਦਿਨਾਂ ਪੁਲਿਸ ਰਿਮਾਂਡ। ਸੁਖਬੀਰ ਨੇ ਕਿਹਾ, ਨਿਗਮ ਚੋਣਾਂ ਵਿੱਚ ਕਾਂਗਰਸ ਦੀ ਧੱਕੇਸ਼ਾਹੀ ਦਾ ਜਵਾਬ ਦੇਵਾਂਗੇ। ਲੋਹੜੀ ਤੋਂ ਬਾਅਦ ਰਾਹੁਲ ਗਾਂਧੀ ਟੀਮ ਨੂੰ ਕਰਨਗੇ ਸਥਾਪਿਤ। ਰਾਜਨੀਤਿਕ ਸਕੱਤਰ ਦਾ ਕੰਮ ਦੇਖ ਸਕਦੀ ਹੈ 3 ਪ੍ਰਮੁੱਖ ਨੇਤਾਵਾਂ ਦੀ ਟੀਮ। ਅਤੇ ਅੱਜ ਡਾਕਟਰ ਮਨਮੋਹਨ ਸਿੰਘ ਦੀ ਸ਼ਾਨ ਵਿੱਚ ਕਸੀਦੇ ਪੜੇਗੀ ਕੇਂਦਰ ਸਰਕਾਰ। ਹੁਣ ਖਬਰਾਂ ਦੀ ਵਿਸਥਾਰ। 2-3 ਦਿਨ ਪਹਿਲਾਂ ਅਸੀਂ ਤੁਹਾਨੂੰ ਪੰਜਾਬ ਦੇ ਉਹਨਾਂ ਸਿਆਸੀ ਲੀਡਰਾਂ ਦੇ ਨਾਮ ਨਸ਼ਰ ਕੀਤੇ ਸੀ ਜੋ ਸਹਿਕਾਰੀ ਬੈਂਕਾਂ ਦੇ ਡਿਫਾਲਟਰ ਹਨ। ਬੈਂਕਾਂ ਵੱਲੋਂ ਇਹਨਾਂ ਸਿਆਸੀ ਲੀਡਰਾਂ ਦੇ ਨਾਮ ਨਸ਼ਰ ਕਰਨ ਤੇ ਇਹਨਾਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਐਲਾਨ ਤੋਂ ਬਾਅਦ ਡਰਦਿਆਂ ਕੁਝ ਸਿਆਸੀ ਆਗੂਆਂ ਨੇ ਪੈਸੇ ਭਰਨੇ ਸ਼ੁਰੂ ਕਰ ਦਿੱਤੇ ਸਨ, ਪਰ ਅਜੇ ਵੀ ਕਈ ਸਿਆਸੀ ਆਗੂ ਚੁੱਪ ਧਾਈ ਬੈਠੇ ਹਨ। ਇਹਨਾਂ ਨੂੰ ਲੈ ਕੇ ਸਾਡੇ ਕੋਲ ਇੱਕ ਨਵੀਂ ਰਿਪੋਰਟ ਪਹੁੰਚੀ ਹੈ। ਖੇਤੀ ਵਿਕਾਸ ਬੈਂਕਾਂ ਨੇ ਰਸੂਖਵਾਨ ਡਿਫਾਲਟਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਵਿੜ ਦਿੱਤੀ ਹੈ। ਇਸ ਲਈ ਸਰਕਾਰੀ ਇਸ਼ਾਰੇ ਦੀ ਉਡੀਕ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਸਿਧਾਂਤਕ ਤੌਰ ਤੇ ਸਹਿਮਤੀ ਦੇ ਦਿੱਤੀ ਹੈ ਅਤੇ ਸਰਦੇ ਪੁੱਜਦੇ ਡਿਫਾਲਟਰਾਂ ਖਿਲਾਫ਼ ਸਖ਼ਤ ਕਦਮ ਚੁੱਕੇ ਜਾਣ, ਪਰ ਉਹ ਇਸ ਤੋਂ ਪਹਿਲਾਂ ਆਪਣੀ ਕਰਜ਼ਾ ਮੁਹਿੰਮ ਦਾ ਮੁੱਢ ਬੰਨੇਗੀ। ਖੇਤੀ ਵਿਕਾਸ ਬੈਂਕ ਵੱਡਿਆਂ ਦੇ ਘਰਾਂ ਅੱਗੇ ਸ਼ੁਰੂ ਕੀਤੇ ਧਰਨਾ ਮੁਹਿੰਮ ਤੋਂ ਹੌਸਲੇ ਵਿੱਚ ਹੈ, ਜਿਸ ਦੇ ਸਿੱਟੇ ਵਜੋਂ ਹੁਣ ਵੱਡੇ ਡਿਫਾਲਟਰਾਂ ਦੇ ਗ੍ਰਿਫ਼ਤਾਰੀ ਵਾਰੰਟ ਲੈਣ ਦੀ ਤਿਆਰੀ ਖਿੱਚ ਲਈ ਗਈ ਹੈ। ਖੇਤੀਬਾੜੀ ਵਿਕਾਸ ਬੈਂਕਾਂ ਨੂੰ ਹੁਣ ਤੱਕ 307 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ, ਜਿਸ ਚੋਂ 180 ਕਰੋੜ ਰੁਪਏ ਇਕੱਲੇ ਡਿਫਾਲਟਰਾਂ ਤੋਂ ਮਿਲੇ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਖੇਤੀ ਕਰਜ਼ਿਆਂ ਵਾਲੇ ਡਿਫਾਲਟਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਝੰਜਟ ਮੁਕਾ ਦਿੱਤਾ ਹੈ, ਪਰ ਗੈਰ ਖੇਤੀ ਕਰਜ਼ਿਆਂ ਵਾਲੇ ਕਿਸਾਨਾਂ ਤੇ ਤਲਵਾਰ ਲਟਕ ਰਹੀ ਹੈ। ਖੇਤੀ ਵਿਕਾਸ ਬੈਂਕਾਂ ਨੇ ਵਿਰੋਧ ਤੋਂ ਬਚਣ ਲਈ ਮੁੱਢਲੇ ਪੜਾਅ ਤੇ ਵੱਡੇ ਡਿਫਾਲਟਰਾਂ ਨੂੰ ਦੂਸਰਾ ਵੱਡਾ ਝਟਕਾ ਦੇਣ ਦੀ ਵਿਉਂਤ ਬਣਾਈ ਹੈ। ਸੂਤਰਾਂ ਮੁਤਾਬਕ ਖੇਤੀ ਵਿਕਾਸ ਬੈਂਕ ਨੇ ਵੱਡਿਆਂ ਨੂੰ ਜੇਲ੍ਹ ਵਿਖਾਉਣ ਦੀ ਤਿਆਰੀ ਕਰ ਲਈ ਹੈ। ਸਿਰਫ਼ ਸਰਕਾਰ ਤੋਂ ਹਰੀ ਝੰਡੀ ਦੀ ਉਡੀਕ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਕਰਜ਼ਾ ਮਾਫ਼ੀ ਮੁਹਿੰਮ ਦੀ ਸ਼ੁਰੂਆਤ ਮਾਨਸਾ ਤੋਂ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਨਵੇਂ ਵਰ੍ਹੇ ਦੇ ਦੂਸਰੇ ਹਫ਼ਤੇ ਤੋਂ ਵੱਡੇ ਡਿਫਾਲਟਰਾਂ ਖਿਲਾਫ਼ ਸ਼ਿਕੰਜਾ ਹੋਰ ਕਸੇ ਜਾਣ ਦੀ ਸੰਭਾਵਨਾ ਹੈ। ਦੋ ਬੈਂਕਾਂ ਦੇ ਮੈਨੇਜਰਾਂ ਨੇ ਪੁਸ਼ਟੀ ਕੀਤੀ ਹੈ, ਉਨ੍ਹਾਂ ਨੂੰ ਜ਼ਬਾਨੀ ਹੁਕਮ ਆ ਗਏ ਹਨ ਕਿ ਉਹ ਵੱਡਿਆਂ ਦੇ ਗ੍ਰਿਫ਼ਤਾਰੀ ਵਾਰੰਟ ਲੈਣ ਲਈ ਮੁੱਢਲਾ ਕੰਮ ਤਿਆਰ ਰੱਖਣ। ਗ੍ਰਿਫ਼ਤਾਰੀ ਵਾਰੰਟ ਲੈਣ ਲਈ ਕੋਈ ਅੜਿੱਕਾ ਨਾ ਪਿਆ ਤਾਂ ਕਈ ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ। ਪੰਜਾਬ ਵਿੱਚ ਵੱਡੇ ਡਿਫਾਲਟਰਾਂ ਵੱਲ 233 ਕਰੋੜ ਰੁਪਏ ਫਸੇ ਹੋਏ ਹਨ। ਖੇਤੀ ਵਿਕਾਸ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰ ਹਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਕੀ ਕਰੀਬ 450 ਕਰੋੜ ਰੁਪਏ ਦੀ ਵਸੂਲੀ ਹੋਣ ਦੀ ਉਮੀਦ ਹੈ ਅਤੇ ਧਰਨਾ ਮੁਹਿੰਮ ਦੇ ਸਾਰਥਕ ਨਤੀਜੇ ਨਿਕਲੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਰਜ਼ਾ ਲੈਣ ਵਾਲੇ ਮਾਲੀ ਤੌਰ ਤੇ ਕਮਜ਼ੋਰ ਕਿਸਾਨਾਂ ਖਿਲਾਫ਼ ਕੋਈ ਸਖ਼ਤੀ ਨਹੀਂ ਕੀਤੀ ਜਾਵੇਗੀ, ਪਰ ਰਸੂਖਵਾਨਾਂ ਨੂੰ
ਬਖਸ਼ਿਆ ਵੀ ਨਹੀਂ ਜਾਵੇਗਾ। ਨਿੰਦਰ ਕੁਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਹੈ। ਅੱਜ ਭਾਰਤ ਨੇ ਪਾਕਿਸਤਾਨ ਦੇ ਭੈੜੇ ਕਾਰੇ ਦੀ ਸਖਤ ਨਿੰਦਾ ਕੀਤੀ ਹੈ। ਯਾਦਵ ਨੂੰ ਪਾਕਿਸਤਾਨ ਮਿਲਣ ਗਈਆਂ ਉਹਦੀ ਮਾਂ ਅਤੇ ਪਤਨੀ ਨੂੰ ਮੰਗਲ ਸੂਤਰ, ਚੂੜੀਆਂ ਅਤੇ ਬਿੰਦੀਆਂ ਸਮੇਤ ਜੁੱਤੀਆਂ ਉਤਾਰਨ ਵਾਸਤੇ ਮਜਬੂਰ ਕੀਤਾ ਗਿਆ। ਇੱਥੇ ਤੱਕ ਕਿ ਉਹਨਾਂ ਯਾਨੀ ਨੌ ਸੱਸ ਨੂੰ ਕੱਪੜੇ ਬਦਲਣ ਤੱਕ ਵੀ ਮਜਬੂਰ ਕੀਤਾ। ਅੱਜ ਨੌ ਸੱਸ ਨੇ ਦਿੱਲੀ ਵਿਖੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਅਤੇ ਸਾਰਾ ਹਾਲ ਹਵਾਲ ਦੱਸਿਆ। ਇਸ ਮੌਕੇ 'ਤੇ ਨੌ ਸੱਸ ਸੁਸ਼ਮਾ ਸਵਰਾਜ ਕੋਲ ਬਹੁਤ ਰੋਈਆਂ। ਇਸਲਾਮਾਬਾਦ ਤੋਂ ਖਬਰਾਂ ਅਨੁਸਾਰ ਪਾਕਿਸਤਾਨ ਨੇ ਸਾਫ਼ ਕਹਿ ਦਿੱਤਾ ਹੈ ਕਿ ਕੁਲਭੂਸ਼ਣ ਯਾਦਵ ਦੀ ਭਾਰਤੀ ਸਫੀਰ ਦੀ ਮੌਜੂਦਗੀ 'ਚ ਪਰਿਵਾਰ ਨਾਲ ਮੁਲਾਕਾਤ ਨੂੰ ਸਫਾਰਤੀ ਰਸਾਈ ਨਾ ਸਮਝਿਆ ਜਾਏ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਡਾਕਟਰ ਮੁਹੰਮਦ ਫੈਸਲ ਆਖਦੇ ਨੇ ਕਿ ਇਹ ਮੁਲਾਕਾਤ ਸਫਾਰਤੀ ਰਸਾਈ ਨਹੀਂ ਸੀ। ਅਸੀਂ ਮੁਲਾਕਾਤ ਤੋਂ ਪਹਿਲਾਂ ਹੀ ਭਾਰਤ ਨੂੰ ਕਹਿ ਦਿੱਤਾ ਸੀ ਕਿ ਉਹਨਾਂ ਦਾ ਸਫੀਰ ਮੀਟਿੰਗ ਵੇਖ ਸਕਦਾ ਹੈ, ਪਰ ਉਸਨੂੰ ਮੀਟਿੰਗ ਵਿੱਚ ਬੋਲਣ ਇਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਏਗੀ। ਸਫਾਰਤੀ ਰਸਾਈ ਸੰਬੰਧੀ ਸਾਰੇ ਫੈਸਲੇ ਕਾਨੂੰਨ ਅਤੇ ਪਾਕਿਸਤਾਨ ਦੇ ਹਿੱਤਾਂ ਨੂੰ ਲੈ ਕੇ ਰੱਖੇ ਜਾਣਗੇ। ਜਿਹੜੀ ਮੁਲਾਕਾਤ ਹੋਈ, ਵਿਚਾਲੇ ਸ਼ੀਸ਼ੇ ਦੀ ਕੰਧ ਸੀ, ਨੌਂ ਅਤੇ ਸੱਸ ਕੰਧ ਦੇ ਪਾਰ ਖੜੀਆਂ ਸਨ ਔਰ ਯਾਦਵ ਜਿਹੜਾ ਹੈ ਉਹ ਸ਼ੀਸ਼ੇ ਦੇ ਇੱਧਰ ਖੜ੍ਹਾ ਸੀ। ਜਿਵੇਂ ਵੀਜ਼ਾ ਲੈਣ ਵਾਸਤੇ ਆਪਾਂ ਨੂੰ ਜਾਣਾ ਪੈਂਦਾ, ਇੰਟਰਕੌਮ ਫੋਨ ਦੇ ਉੱਤੇ ਉਹ ਬੋਲ ਰਹੀਆਂ ਸਨ, ਸਪੀਕਰ ਲੱਗਾ ਹੋਇਆ ਸੀ, ਅਤੇ ਇੱਧਰੋਂ ਯਾਦਵ ਵੀ ਇੰਟਰਕੌਮ ਫੋਨ ਆਉਣ ਲਈ ਸ਼ੀਸ਼ੇ ਦੀ ਕੰਧ ਵਿਚਾਲੇ ਉਹਨਾਂ ਦੀ ਵਾਰਤਾਲਾਪ ਹੋਈ। ਪਾਕਿਸਤਾਨ ਨੇ ਭਾਰਤੀ ਕੈਦੀ ਕੁਲਭੂਸ਼ਣ ਯਾਦਵ ਦੀ ਨਵੀਂ ਵੀਡੀਓ ਵੀ ਜਾਰੀ ਕਰ ਦਿੱਤੀ। ਇਸ ਵੀਡੀਓ ਵਿੱਚ ਯਾਦਵ ਆਪਣੀ ਮਾਂ ਅਤੇ ਪਤਨੀ ਨਾਲ ਵਿਉਂਤੀ ਮੀਟਿੰਗ ਲਈ ਪਾਕਿਸਤਾਨ ਸਰਕਾਰ ਦਾ ਸ਼ੁਕਰੀਆ ਨਜ਼ਰ ਕਰਦਾ ਆ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਵੀਡੀਓ ਯਾਦਵ ਦੀ ਆਪਣੇ ਪਰਿਵਾਰ ਨਾਲ ਮੁਲਾਕਾਤ ਤੋਂ ਫੌਰੀ ਮਗਰੋਂ ਯਾਨੀ ਛੇਤੀ ਛੇਤੀ ਪਾ ਦਿੱਤੀ। ਇਸ ਦੇ ਨਾਲ ਰਲੀ ਮਿਲੀ ਖਬਰ ਨਵੀਂ ਦਿੱਲੀ ਤੋਂ, ਸਮੁੰਦਰੀ ਫੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਯਾਦਵ ਆਪਣੀ ਮਾਂ ਅਵੰਤੀ ਅਤੇ ਪਤਨੀ ਚੇਤਨ ਕੁਲ ਨਾਲ ਆਪਣੀ ਮੁਲਾਕਾਤ ਦੌਰਾਨ ਨੀਲੇ ਰੰਗ ਦੇ ਕੋਟ ਵਿੱਚ ਨਜ਼ਰ ਆਏ। ਇਸ ਦੌਰਾਨ ਯਾਦਵ ਦੇ ਸੱਜੇ ਪਾਸੇ ਕੰਨ 'ਤੇ ਗੂੜੇ ਰੰਗ ਦਾ ਨਿਸ਼ਾਨ ਨਜ਼ਰ ਆ ਰਿਹਾ ਸੀ। ਉਹਨਾਂ ਦੇ ਸਿਰ ਅਤੇ ਗਲੇ 'ਤੇ ਵੀ ਕੁਝ ਨਿਸ਼ਾਨ ਨਜ਼ਰ ਆਏ, ਜਿਨ੍ਹਾਂ ਬਾਰੇ ਸ਼ੱਕ ਹੈ ਕਿ ਉਹ ਸੱਟ ਦੇ ਨਿਸ਼ਾਨ ਨੇ। ਮੁਲਾਕਾਤ ਦੌਰਾਨ ਯਾਦਵ ਦੇ ਚਿਹਰੇ 'ਤੇ ਨਾ ਤਾਂ ਖੁਸ਼ੀ ਨਜ਼ਰ ਆਈ ਅਤੇ ਨਾ ਹੀ ਦੁੱਖ ਦਾ ਭਾਵ। ਉਹਨਾਂ ਦੇ ਚਿਹਰੇ 'ਤੇ ਇੱਕੋ ਜਿਹਾ ਭਾਵ ਆਇਆ, ਜਿਸ ਤੋਂ ਸਾਬਤ ਹੁੰਦਾ ਹੈ ਕਿ ਯਾਦਵ ਮਾਨਸਿਕ ਤਸੀਹਾਂ ਅਤੇ ਜ਼ੁਲਮ ਦੇ ਦੌਰ ਕਾਰਨ ਇਸ ਹਾਲਤ ਵਿੱਚ ਪਹੁੰਚ ਚੁੱਕਾ ਹੈ। ਉਹਨਾਂ ਲਈ ਸਭ ਭਾਵਨਾਵਾਂ ਖਤਮ ਹੋ ਚੁੱਕੀਆਂ ਨੇ। ਕਾਂਗਰਸ ਦੇ MP ਸ਼ਸ਼ੀ ਥਰੂਰ ਦਾ ਆਖਣਾ ਹੈ ਕਿ ਯਾਦਵ ਦੇ ਸਿਰ 'ਤੇ ਸੱਟ ਵਰਗੇ ਨਿਸ਼ਾਨ ਨੇ, ਸ਼ੱਕ ਹੈ ਯਾਦਵ ਨੂੰ ਪਾਕਿਸਤਾਨ ਵੱਲੋਂ ਟਾਰਚਰ ਕੀਤੇ ਜਾਣ ਦੇ ਇਹ ਨਿਸ਼ਾਨ ਪਏ ਨੇ ਔਰ ਯਾਦਵ ਦੀ ਪਤਨੀ ਦੇ ਚਿਹਰੇ ਦੇ ਹਾਵ ਭਾਵ ਦੇਖਣ ਵਾਲੇ ਨੇ, ਜਿਹੜੀ ਬੜੀ ਹੌਸਲੇ ਅਤੇ ਤਸੱਲੀ ਨਾਲ ਖਲੋਤੀ ਹੈ। ਇਸੇ ਤਰ੍ਹਾਂ ਦੇ ਹਾਵ ਭਾਵ ਉਹਨਾਂ ਦੀ ਮਾਤਾ ਦੇ ਦਿਖਾਈ ਦਿੱਤੇ ਨੇ। ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੇ ਦੂਜੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ। ਇਸ ਵਾਰ ਸਿਆਸੀ ਕਾਨਫਰੰਸਾਂ ਤੋਂ ਰੋਕ ਕਰਕੇ ਸ਼ਹੀਦੀ ਸਭਾ ਮੌਕੇ ਦੂਸ਼ਣ ਮਾਜੀ ਦੀ ਥਾਂ ਤੇ ਕਾਂਗਰਸ ਦੇ ਅਕਾਲੀ ਦਲ ਦੇ ਆਗੂ ਸ਼ਰਧਾਲੂ ਵਜੋਂ ਨਤਮਸਤਕ ਹੋਏ। ਮੁੱਖ ਮੰਤਰੀ ਨੇ ਫਤਿਹਗੜ੍ਹ ਸਾਹਿਬ ਦੇ 55 ਪਿੰਡਾਂ ਦੇ ਆਧਾਰਿਤ ਚਰਨਰਾਥਲ ਨੂੰ ਸਬ ਤਹਿਸੀਲ ਬਣਾਉਣ ਦਾ ਐਲਾਨ ਕੀਤਾ ਤੇ ਪਟਿਆਲਾ ਤੋਂ ਪਨਿਆਲੀ ਤੱਕ ਨਵੇਂ ਸ਼ਾਹਰਾਹ ਦਾ ਨਾਂ ਮਾਤਾ ਗੁਜਰੀ ਮਾਰਗ ਰੱਖਣ ਦਾ ਪ੍ਰਸਤਾਵ ਵੀ ਨੈਸ਼ਨਲ ਹਾਈਵੇ ਅਥਾਰਟੀ ਨੂੰ ਭੇਜ ਦਿੱਤਾ ਹੈ। ਉਹਨਾਂ ਐਲਾਨ ਕੀਤਾ ਕਿ ਫਤਿਹਗੜ੍ਹ ਸਾਹਿਬ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕਰਨ ਤੇ ਵੀ ਸੂਬਾ ਸਰਕਾਰ ਵਚਨਬੱਧ ਹੈ। ਫਤਿਹਗੜ੍ਹ ਸਾਹਿਬ ਸਰਹੰਦ ਖੇਤਰ ਵਿੱਚ ਇਤਿਹਾਸਕ ਥਾਵਾਂ ਦੇ ਵਿਕਾਸ ਦੇ ਨਾਲ ਨਾਲ ਇਸ ਦੇ ਸੁੰਦਰੀਕਰਨ ਲਈ ਵਿਸ਼ੇਸ਼ ਯੋਜਨਾ ਵੀ ਤਿਆਰ ਕੀਤੀ ਜਾ ਰਹੀ ਹੈ। ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਮੌਕੇ 27 ਦਸੰਬਰ ਯਾਨੀ ਅੱਜ ਸਵੇਰੇ 10 ਵਜੇ ਘੱਟੋ ਘੱਟ 5 ਮਿੰਟ ਮੂਲ ਮੰਤਰ ਦਾ ਜਾਪ ਕਰਕੇ ਸ਼ਰਧਾਂਜਲੀ
ਤਰਜੀਹ ਦਿੱਤੀ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇ ਤੋਂ ਸਿੱਖ ਕੌਮ ਨੂੰ ਅਪੀਲ ਕਰਕੇ ਜਹੇਜ਼ਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੋਹ ਦੀ ਹੱਡ ਚੀਰਵੀਂ ਠੰਡ ਵਿੱਚ ਦਸਮ ਪਾਤਸ਼ਾਹ ਦੀ ਮਾਤਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਸੀ। ਸੂਬਾ ਸਰਹੰਦ ਦੇ ਨਵਾਬ ਵਜ਼ੀਰ ਖਾਨ ਵੱਲੋਂ ਜਾਰੀ ਫਤਵੇ ਤਹਿਤ 13 ਪੋਹ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ। ਇਸੇ ਸੰਬੰਧੀ ਹਰ ਵਰੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਹੁੰਦੀ ਹੈ, ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤ ਨਤਮਸਤਕ ਹੁੰਦੀ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਰਾਤ 1 ਵਜੇ ਦੇ ਕਰੀਬ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ। ਬਿਹਾਰ ਦੇ ਮੁੱਖ ਮੰਤਰੀ 1 ਵਜੇ ਤਖ਼ਤ ਸਾਹਿਬ ਪਹੁੰਚੇ। ਮੰਨਿਆ ਜਾਂਦਾ ਹੈ ਕਿ ਦਸਮ ਪਾਤਸ਼ਾਹ ਜੀ ਦਾ ਜਨਮ ਰਾਤ 1:40 ਤੇ ਹੋਇਆ ਸੀ, ਇਸ ਲਈ ਰਾਤ ਨੂੰ ਕਰੀਬ ਉਸ ਸਮੇਂ ਅਖੰਡ ਪਾਠ ਦੇ ਭੋਗ ਪਾਏ ਗਏ। ਭੋਗ ਮਗਰੋਂ ਆਰਤੀ ਸਮੇਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ SS ਵਾਲੂਵਾਲੀਆ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ। ਸੰਗਤਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪ੍ਰਬੰਧਕਾਂ ਨੂੰ ਅਖੰਡ ਪਾਠ ਦੇ ਭੋਗ ਤੋਂ ਪਹਿਲਾਂ ਕਰੀਬ 12 ਵਜੇ ਤਖ਼ਤ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰ ਬੰਦ ਕਰਨੇ ਪਏ। ਤਖ਼ਤ ਸਾਹਿਬ ਦੇ ਜਹੇਜ਼ਰ ਗਿਆਨੀ ਇਕਬਾਲ ਸਿੰਘ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਨੁੱਖਤਾ ਦੇ ਰਾਖਿਆ ਤੇ ਦੇਸ਼ ਦੀ ਖਾਤਰ ਉਹਨਾਂ ਪਹਿਲਾਂ ਆਪਣੇ ਪਿਤਾ ਤੇ ਬਾਅਦ ਵਿੱਚ ਆਪਣੇ ਸਾਹਿਬਜ਼ਾਦਿਆਂ ਤੇ ਮਾਤਾ ਦਾ ਜੀਵਨ ਕੁਰਬਾਨ ਕਰ ਦਿੱਤਾ। ਗਿਆਨੀ ਇਕਬਾਲ ਸਿੰਘ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਕੀਤੇ ਪ੍ਰਬੰਧਾਂ ਵਿੱਚ ਉਹਨਾਂ ਵੱਲੋਂ ਸੰਗਤ ਦੀ ਕੀਤੀ ਆਓ ਭਗਤ ਲਈ ਧੰਨਵਾਦ ਕੀਤਾ ਤੇ ਉਹਨਾਂ ਨੂੰ ਸੇਵਾ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ। ਪੰਜਾਬ ਵਜ਼ਾਰਤ ਦੀ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਪਹਿਲਾਂ ਕੁਝ ਸਾਲਾਂ ਵਿੱਚ ਬਣੀਆਂ ਗੈਰ ਕਾਨੂੰਨੀ ਕਲੋਨੀਆਂ ਨੂੰ ਪੱਕਿਆ ਕਰਨ ਬਾਰੇ ਫੈਸਲਾ ਕੀਤਾ ਜਾਣਾ। ਇਹ ਏਜੰਡਾ ਵਜ਼ਾਰਤ ਦੀ ਪਿਛਲੀ ਮੀਟਿੰਗ ਵਿੱਚ ਪੇਸ਼ ਕੀਤਾ ਗਿਆ, ਪਰ ਇਸ ਬਾਰੇ ਕੋਈ ਸਾਂਝੀ ਰਾਏ ਨਹੀਂ ਬਣ ਸਕੀ। ਹੁਣ ਵਜ਼ਾਰਤ ਵੱਲੋਂ ਇਸ ਗੱਲ ਤੇ ਸਹਿਮਤੀ ਬਣੀ ਹੈ ਕਿ ਪਹਿਲਾਂ ਗੈਰ ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕੀਤਾ ਜਾਵੇ ਤੇ ਮਗਰੋਂ ਲੋਕਾਂ ਦੇ ਵਿਅਕਤੀਗਤ ਪਲਾਟਾਂ ਨੂੰ ਰੈਗੂਲਰ ਕਰਨ ਬਾਰੇ ਪੇਸ਼ਕਦਮੀ ਕੀਤੀ ਜਾਵੇ। ਇਹ ਨੀਤੀ ਅਕਾਲੀ ਭਾਜਪਾ ਸਰਕਾਰ ਦੀ ਨੀਤੀ ਨਾਲੋਂ ਵੱਖਰੀ ਹੈ। ਪਿਛਲੀ ਸਰਕਾਰ ਨੇ ਗੈਰ ਕਾਨੂੰਨੀ ਕਲੋਨੀਆਂ ਵਿੱਚ ਵਿਅਕਤੀਗਤ ਪਲਾਟਾਂ ਨੂੰ ਪਹਿਲਾਂ ਰੈਗੂਲਰ ਕਰਨ ਦੀ ਨੀਤੀ ਅਪਣਾਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਨਗਰ ਨਿਗਮ ਚੋਣਾਂ ਵਿੱਚ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਤੇ ਦਿਹਾਤੀ ਦੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਤੇ ਹੋਈ ਧੱਕੇਸ਼ਾਹੀ ਦੀ ਰਿਪੋਰਟ ਲਈ। ਇਸੇ ਦੌਰਾਨ ਅਕਾਲੀ ਉਮੀਦਵਾਰਾਂ ਨੇ ਆਪਣੇ ਦੁੱਖੜੇ ਫਰੋਲੇ। ਬਾਦਲ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੀ ਗੁੰਡਾਗਰਦੀ ਦਾ ਸਮਾਂ ਆਉਣ ਤੇ ਜਵਾਬ ਦਿੱਤਾ ਜਾਏਗਾ। ਉਹਨਾਂ ਆਖਿਆ ਕਿ ਕੈਪਟਨ ਸਰਕਾਰ ਬਣਨ ਮਗਰੋਂ ਨਿਗਮ ਤੇ ਮਿਊਂਸੀਪਲ ਚੋਣਾਂ ਸਮੇਤ ਹੋਰ ਮੌਕਿਆਂ ਤੇ ਹੋਈ ਗੁੰਡਾਗਰਦੀ ਤੇ ਵਧੀਕੀਆਂ ਦਾ ਵਿਸ਼ੇਸ਼ ਕਿਤਾਬਚਾ ਛਾਪਿਆ ਜਾਏਗਾ। ਉਹਨਾਂ ਇਹ ਵੀ ਆਖਿਆ ਕਿ ਅਕਾਲੀ ਕਾਡਰ ਪੰਜਾਬ ਵਿੱਚ ਸਥਿਤ ਤਖ਼ਤ ਸਾਹਿਬਾਨ ਤੇ ਸੇਵਾ ਨਿਭਾਏਗਾ। ਅਜਿਹੀ ਸੇਵਾ ਲਈ ਪੰਜਾਬ ਨੂੰ 3 ਭਾਗਾਂ ਵਿੱਚ ਵੰਡਿਆ ਗਿਆ। ਪਟਿਆਲਾ ਜ਼ਿਲ੍ਹਾ ਦੇ ਕਾਰਕੁਨ ਅਨੰਦਪੁਰ ਸਾਹਿਬ ਵਿਖੇ ਸੇਵਾ ਕਰਨਗੇ। ਸੇਵਾ ਦੇ ਇਸ ਮਿਸ਼ਨ ਨੂੰ ਸਫਲ ਬਣਾਉਣ ਲਈ ਹਲਕਾ ਪੱਧਰ ਤੇ ਅਕਾਲੀ ਆਗੂਆਂ ਦੀਆਂ ਡਿਊਟੀਆਂ ਲਾਈਆਂ ਜਾਣਗੀਆਂ। ਅੰਮ੍ਰਿਤਸਰ ਵਿਖੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਡਾ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਕਰਕੇ ਵਿਵਾਦ ਖੜਾ ਹੋ ਗਿਆ। ਚੱਡਾ ਦਾ ਦਾਅਵਾ ਹੈ ਕਿ ਇਹ ਵੀਡੀਓ ਝੂਠੀ ਹੈ ਤੇ ਉਸ ਨੂੰ ਬਦਨਾਮ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਹੈ। ਦੂਜੇ ਪਾਸੇ ਸਾਬਕਾ ਕਾਂਗਰਸ ਆਗੂ ਮਨਦੀਪ ਸਿੰਘ ਮੰਨਾ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਕੰਮਕਾਜੀ ਔਰਤਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਹੇਠਾਂ ਚੱਡਾ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਪੰਜਾਬ ਮਨੁੱਖੀ ਅਧਿਕਾਰ ਜਥੇਬੰਦੀ ਦੇ ਆਗੂ ਸਰਬਜੀਤ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਵਿੱਚ ਸਿੱਖ ਆਗੂ ਖਿਲਾਫ਼ 24 ਘੰਟਿਆਂ ਵਿੱਚ ਕੇਸ ਦਰਜ ਨਾ ਹੋਇਆ ਤਾਂ ਉਹ ਰਣਨੀਤੀ ਉਲੀਕਣਗੇ। ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ ਨੇ ਆਖਿਆ ਕਿ ਚੱਡਾ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣੇ ਤਕਰੀਬਨ 2 ਹਫ਼ਤੇ ਹੋ ਗਏ, ਲੇਕਿਨ ਹਾਲੇ ਤੱਕ ਉਹਨਾਂ ਦੇ ਟੀਮ ਦੀ ਤਸਵੀਰ ਸਾਹਮਣੇ ਨਹੀਂ ਆਈ। ਕਾਂਗਰਸ ਵਿੱਚ ਫਿਲਹਾਲ ਉਹੀ ਟੀਮ ਕੰਮ ਕਰ ਰਹੀ ਹੈ ਜੋ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਹੁੰਦੀ ਸੀ। ਰਾਹੁਲ ਨੇ ਫਿਲਹਾਲ ਸੰਗਠਨ ਵਿੱਚ ਕੋਈ ਬਦਲਾਅ ਕਰਨ ਦੀ ਹੜਬੜੀ ਨਹੀਂ ਦਿਖਾਈ, ਹਾਲਾਂਕਿ ਨਵੀਂ ਟੀਮ ਨੂੰ ਲੈ ਕੇ ਚਰਚਾਵਾਂ ਜ਼ੋਰਾਂ ਤੇ ਹੈ। ਲੇਕਿਨ ਕਿਹਾ ਜਾ ਰਿਹਾ ਕਿ ਟੀਮ ਤੇ ਆਖਰੀ ਫੈਸਲਾ ਰਾਹੁਲ ਆਪਣੀ ਮਾਤਾ ਸੋਨੀਆ ਤੇ ਭੈਣ ਪ੍ਰਿੰਕਾ ਨਾਲ ਸਲਾਹ ਮਸ਼ਵਰਾ ਕਰਕੇ ਲੈਣਗੇ। ਲੋਹੜੀ ਤੋਂ ਬਾਅਦ ਸੰਗਠਨ ਵਿੱਚ ਬਦਲਾਅ ਦੀ ਤਸਵੀਰ ਸਾਹਮਣੇ ਆ ਸਕਦੀ ਹੈ। ਜਿਹੜਾ ਬਦਲਾਅ ਹੋਏਗਾ ਆਉਂਦੀਆਂ ਲੋਕ ਸਭਾ ਚੋਣਾਂ ਦੇ ਨਾਲ ਨਾਲ ਕਈ ਸੂਬਿਆਂ ਵਿੱਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਹੋਣਾ ਹੈ। ਹਾਲੇ ਵੀ ਸੋਨੀਆ ਗਾਂਧੀ ਦੀ ਕੋਰ ਟੀਮ ਦੇ ਜ਼ਿਆਦਾਤਰ ਮਾਮਲੇ ਰਣਨੀਤੀ ਤੈਅ ਕਰਨ ਦੀ ਸਰਗਰਮ ਭੂਮਿਕਾ ਨਿਭਾਈ ਜਾ ਰਹੀ ਹੈ। ਇਨ੍ਹਾਂ ਵਿੱਚ ਅਹਿਮਦ ਪਟੇਲ ਅਤੇ ਮੋਤੀ ਲਾਲ ਵੋਰਾ ਵਰਗੇ ਲੋਕ ਸ਼ਾਮਲ ਨੇ। ਚਰਚਾ ਹੈ ਕਿ ਰਾਹੁਲ ਗਾਂਧੀ ਦੇ ਰਾਜਨੀਤਿਕ ਸਕੱਤਰ ਦੀ ਜਗ੍ਹਾ
ਕੋਈ ਇੱਕ ਵਿਅਕਤੀ ਨਾ ਹੋ ਕੇ 2 ਤੋਂ 3 ਵਿਅਕਤੀਆਂ ਦੀ ਟੀਮ ਹੋਏਗੀ। ਇਸ ਟੀਮ ਵਿੱਚ ਪਟੇਲ ਦੇ ਨਾਲ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਅਸ਼ੋਕ ਗਹਿਲੋਤ ਵਰਗੇ ਨੇਤਾਵਾਂ ਦਾ ਨਾਮ ਚੱਲ ਰਿਹਾ। ਇਹਨਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਤੋਂ ਇਲਾਵਾ ਸਾਬਕਾ ਖਜ਼ਾਨਾ ਮੰਤਰੀ ਪੀ ਚਿਦੰਬਰਮ, ਅਨੰਦ ਸ਼ਰਮਾ, ਆਜ਼ਾਦ ਤੇ ਗਹਿਲੋਤ ਵਰਗੇ ਨੇਤਾਵਾਂ ਨੂੰ ਜਗ੍ਹਾ ਮਿਲ ਸਕਦੀ ਹੈ। ਪਠਾਨਕੋਟ ਨਗਰ ਨਿਗਮ ਨੇ ਸ਼ਹਿਰ ਨੂੰ ਹਾਈਟੈਕ ਕਰਨ ਦੀ ਤਿਆਰੀ ਕੀਤੀ ਹੈ। ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਿੱਚ ਫ੍ਰੀ ਵਾਈਫਾਈ ਨਾਲ ਲੈਸ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਸ਼ਹਿਰ ਭਰ ਦੇ ਸੀਵਰੇਜ ਸਿਸਟਮ ਵਿੱਚ ਆਟੋਮੈਟਿਕ ਅਲਾਰਮ ਪੰਪ ਲਾਉਣ ਅਤੇ ਨਿਗਮ ਦਫ਼ਤਰ ਨੂੰ ਪੇਪਰਲੈਸ ਬਣਾਉਣ ਦੀ ਯੋਜਨਾ, ਇਹਨਾਂ ਸਾਰੀਆਂ ਹਾਈਟੈਕ ਸੁਵਿਧਾਵਾਂ ਦੀ ਯੋਜਨਾ ਬਣਾ ਲਈ ਗਈ ਹੈ। ਅਗਲੀ ਹਾਊਸ ਮੀਟਿੰਗ ਵਿੱਚ ਇਹਨਾਂ ਦਾ ਪ੍ਰਪੋਜ਼ਲ ਪੇਸ਼ ਕੀਤਾ ਜਾਏਗਾ। ਪੰਜਾਬ ਵਿੱਚ ਹੋਏ ਟਾਰਗੇਟਿੰਗ ਕਿਲਿੰਗ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ ਦੀ ਰਿਮਾਂਡ ਤੇ ਚੱਲ ਰਹੇ ਕਥਿਤ ਦੋਸ਼ੀਆਂ ਨੂੰ ਸਖ਼ਤ ਸੁਰੱਖਿਆ ਵਿੱਚ ਕੌਮੀ ਨੈਸ਼ਨਲ ਏਜੰਸੀ ਦੀ ਅਦਾਲਤ ਵਿੱਚ ਪੇਸ਼ ਕੀਤਾ। ਕੌਮੀ ਜਾਂਚ ਏਜੰਸੀ ਨੇ ਜਵਾਬ ਦਾਖਲ ਕਰਨ ਤੋਂ ਬਾਅਦ ਸਮਾਂ ਮੰਗਿਆ। ਇਸ ਤੋਂ ਬਾਅਦ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਵੱਖ ਵੱਖ ਕੇਸਾਂ ਵਿੱਚ 7 ਦਿਨ ਦਾ ਰਿਮਾਂਡ ਤੇ ਭੇਜ ਦਿੱਤਾ ਹੈ। ਜਿੰਮੀ ਨੂੰ 20 ਜਨਵਰੀ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਜਨਵਰੀ ਨੂੰ ਹੋਏਗੀ। ਸਖ਼ਤ ਸੁਰੱਖਿਆ ਵਿੱਚ ਕੌਮੀ ਜਾਂਚ ਏਜੰਸੀ ਦੀ ਟੀਮ ਦੋਸ਼ੀਆਂ ਨੂੰ ਲੈ ਕੇ ਪਹੁੰਚੀ। ਅਦਾਲਤ ਨੇ ਛੁੱਟੀ ਹੋਣ ਦੇ ਬਾਵਜੂਦ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ। ਜਗਤਾਰ ਸਿੰਘ ਜੌਹਲ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਰਵਿੰਦਰ ਗੁਸਾਈ ਕਤਲ ਕਾਂਡ ਵਿੱਚ ਕੌਮੀ ਜਾਂਚ ਏਜੰਸੀ ਨੇ ਦੋਸ਼ੀ ਦਾ 10 ਦਿਨ ਦਾ ਰਿਮਾਂਡ ਮੰਗਿਆ, ਜਦਕਿ ਅਦਾਲਤ ਵਿੱਚੋਂ ਦੋਸ਼ੀ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ। ਛੁੱਟੀਆਂ ਹੋਣ ਕਰਕੇ ਡਿਊਟੀ ਮੈਜਿਸਟ੍ਰੇਟ ਨੇ ਦੋਸ਼ੀਆਂ ਦਾ 7 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ। ਗਿੱਦੜਬਾ ਵਿਖੇ ਥਾਣਾ ਮੁਖੀ ਨੂੰ ਧਮਕੀਆਂ ਦੇਣ, ਡਿਊਟੀ ਵਿੱਚ ਵਿਘਨ ਪਾਉਣ ਦੇ ਮਾਮਲੇ ਵਿੱਚ ਕੋਟ ਭਾਈ ਪੁਲਿਸ ਨੇ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ, ਡਿੰਪੀ ਢਿੱਲੋਂ, ਉਹਨਾਂ ਦੇ ਭਰਾ ਸਨੀ ਢਿੱਲੋਂ ਤੇ ਹੋਰਨਾਂ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਹਰਦੀਪ ਸਿੰਘ, ਡਿੰਪੀ ਢਿੱਲੋਂ ਦਾ ਕਹਿਣਾ ਹੈ ਕਿ ਥਾਣਾ ਕੋਟ ਭਾਈ ਦਾ SHO ਕਾਂਗਰਸੀਆਂ ਦੀ ਕਥਿਤ ਸ਼ਹਿ ਤੇ ਅਕਾਲੀ ਵਰਕਰਾਂ ਨੂੰ ਨਜਾਇਜ਼ ਕੇਸ ਪਾਉਣ ਦੀਆਂ ਧਮਕੀਆਂ ਦੇ ਕੇ ਤੰਗ ਪਰੇਸ਼ਾਨ ਕਰ ਰਿਹਾ ਸੀ ਤੇ ਗੱਲਬਾਤ ਕਰਨ ਲਈ ਉਹ ਦਫ਼ਤਰ ਗਏ ਸਨ, ਪਰ ਉਹਨਾਂ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਨਹੀਂ ਕੀਤੀ ਤੇ ਉਹ ਕਾਨੂੰਨ ਦਾ ਪੂਰਾ ਸਤਿਕਾਰ ਕਰਦੇ ਨੇ। ਲੁਧਿਆਣਾ ਵਿਖੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵਾਰਡਬੰਦੀ ਕਰਨ ਵਾਲੀ ਕਮੇਟੀ ਵਿੱਚ ਕਾਂਗਰਸ ਆਗੂ ਤੇ ਇਸ ਦੇ ਬਾਵਜੂਦ ਹੁਣ ਲੁਧਿਆਣਾ ਦੇ ਕਾਂਗਰਸੀਆਂ ਨੂੰ ਨਗਰ ਨਿਗਮ ਲਈ ਬਣਾਈ ਨਵੀਂ ਵਾਰਡਬੰਦੀ ਠੀਕ ਨਹੀਂ ਲੱਗ ਰਹੀ। ਆਪਣੇ ਹਲਕੇ ਤੇ ਵਾਰਡਾਂ ਦੀ ਪਰੇਸ਼ਾਨੀ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਨਗਰ ਨਿਗਮ ਦਫ਼ਤਰ ਪੁੱਜ ਰਹੇ ਨੇ। ਕਾਂਗਰਸੀ ਆਗੂਆਂ ਨੇ ਕਮੇਟੀ ਵੱਲੋਂ ਬਣਾਈ ਗਈ ਨਵੀਂ ਵਾਰਡਬੰਦੀ ਤੇ ਆਪਣੇ ਇਤਰਾਜ਼ ਦਰਜ ਕਰਵਾਏ। ਵਿਜੇ ਰੂਪਾਣੀ ਨੇ ਦੂਜੀ ਵਾਰੀ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸਹੁੰ ਚੁੱਕ ਸਮਾਗਮ ਗਾਂਧੀ ਨਗਰ ਵਿਖੇ ਹੋਇਆ। ਇਸ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਕੌਮੀ ਅਮਿਤ ਸ਼ਾਹ ਵੀ ਮੌਜੂਦ ਰਹੇ। ਰੂਪਾਣੀ ਮੋਦੀ ਤੇ ਅਮਿਤ ਸ਼ਾਹ ਦੇ ਚਹੇਤਿਆਂ 'ਚੋਂ ਇੱਕ ਗਿਣੇ ਜਾਂਦੇ ਨੇ। ਅੱਜ ਧੁੰਦ ਭਾਵੇਂ ਨਹੀਂ ਪਈ ਪਰ ਧੁੱਪ ਵੀ ਚੰਗੀ ਤਰ੍ਹਾਂ ਨਹੀਂ ਚੜ੍ਹੀ, ਸਗੋਂ ਠੰਡੀ ਹਵਾ ਵਿੱਚ ਵਗਦੀ ਰਹੀ ਅਤੇ ਪਤਲੀ ਜਿਹੀ ਬੱਦਲਬਾਈ ਬਣੀ ਰਹੀ। ਕਰਾਰੀ ਧੁੱਪ ਨਾ ਪੈਣ ਕਾਰਨ ਅੱਜ ਲੋਕ ਠੰਡ ਮਹਿਸੂਸ ਕਰਦੇ ਨਜ਼ਰ ਆਏ ਔਰ ਕਣਕਾਂ ਨਿਸਰ ਰਹੀਆਂ ਨੇ ਖੇਤਾਂ ਵਿੱਚ। ਕਣਕਾਂ ਨੂੰ ਕਿਸਾਨ ਦੂਜਾ ਪਾਣੀ ਲਾ ਚੁੱਕੇ ਨੇ ਔਰ ਮਾਲਵਾ ਖਿੱਤੇ ਵਿੱਚ ਬਹੁਤੀ ਕਣਕਾਂ ਦੀ ਥਾਂ 'ਤੇ ਗੋਭੀ ਹੋਈ ਹੈ। ਗੋਭੀ ਦੀ ਫਸਲ ਬੀਜੀ ਗਈ, ਸਰ੍ਹੋਂ ਦਾ ਸਾਗ, ਗਾਜਰਾਂ ਅਤੇ ਦੁਆਬੇ 'ਚ ਆਲੂਆਂ ਦੀ ਖੇਤੀ ਚੰਗੀ ਹੋਈ ਹੈ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਤੁਸੀਂ ਦੇਖਦੇ ਰਹੋ ਪੰਜਾਬ ਡੇਅਰੀ ਅਤੇ ਕੱਲ੍ਹ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।